ਤਨ ਨਾਮ ਵਹਿ ਗੁਰੂ ਸਾਹਿਬ ਜੀਓ ਤੂੰ ਸੁਲਤਾਨ ਕਹਾਉ ਮੀਆਂ ਤੇਰੀ ਕਵਨੋ ਵਡਾਈ ਜੋ ਤੂੰ ਦੇਹੀ ਸੋ ਕਹਾਂ ਸੋ ਅੰਮੀ ਮੈਂ ਮੂਰਖ ਕਹਿਣ ਨਾ ਜਾਈ ਜੋ ਤੂੰ ਦੇਹੀ ਸੋ ਕਹਾ ਸੁ ਅੰਮੀ ਮੈਂ ਮੂਰਖ ਕਹਿਣ ਨਾ ਜਾਈ ਧੰਨ ਗੁਰੂ ਗ੍ਰੰਥ ਸਾਹਿਬ ਸਤਿ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਛੁੜ ਮਿਲ ਬੈਠੇ ਸਤਸੰਗੀ ਪਿਆਰਿਓ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੇ ਭਾਈ ਹਰਪ੍ਰੀਤ ਸਿੰਘ ਜੀ ਜਗ antide ਵਾਲੇ ਉਹਨਾਂ ਦੇ ਰਾਗੀ ਜੱਥੇ ਪੈਸੋਂ ਆਸਾ ਕੀ ਵਾਰ ਦਾ ਪਾਵਨ ਬਚਨ ਕੀਰਤਨ ਰੂਪ ਵਿਚ ਆਪਾਂ ਨੇ ਸਾਰਿਆਂ ਨੇ ਸਰਵਣ ਕੀਤਾ ਹੈ ਸਤਿਗੁਰੂ ਕਿਰਪਾ ਕਰੇ ਸਾਨੂੰ ਉਸ ਤਰ੍ਹਾਂ ਜੀਵਨ ਜਿਉਣ ਦੀ ਜਾਚ ਆ ਜਾਏ ਖਾਲਸੇ ਦੀ ਸਾਜਣਾ ਦਿਵਸ ਦੀ ਇਹ ਦਿਨ ਚੱਲਦੇ ਨੇ ਵੱਖੋ ਵੱਖਰੇ ਢੰਗ ਨਾਲ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ ਅੱਜ ਵੀ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਨਾ ਹੈ ਮਨੁੱਖ ਦੀ ਸਭ ਤੋਂ ਵੱਡੀ ਮਜਬੂਰੀ ਇਹ ਹੈ ਜਿੱਥੇ ਇਹਦਾ ਵਾਸਾ ਹੈ ਉਸ ਥਾਂ ਦਾ ਨਾਂ ਹੀ ਮ੍ਰਿਤਮੰਡਲ ਹੈ। ਐਸੇ ਸੰਸਾਰ ਨੂੰ ਕਹਿੰਦੀ ਮ੍ਰਿਤਮੰਡਲ ਨੇ। ਇਹ ਮੌਤ ਦੇ ਘਰ ਹੈ। ਮੌਤ ਦੇ ਘਰ ਵਿੱਚ ਵਸਣ ਵਾਲਾ ਮੌਤ ਨਾਲ ਲੜਦਾ ਹੈ। ਇਹ ਭਾਵਨਾ ਰੱਖਦਾ ਵੀ ਮੈਂ ਅਮਰ ਹੋ ਜਾ ਮੈਨੂੰ ਮੌਤ ਨਾ ਆਵੇ। ਇਹ ਲਾਲਸਾ ਹੈ। ਸੰਸਾਰ ਤੇ ਜਿਤਨੇ ਵੀ ਲੋਕ ਨੇ ਉਹ ਪਾਵੇਂ ਡਾਕਟਰ ਨੇ ਮੈਡੀਕਲ ਸਾਈਡ ਹੈ ਸਾਇੰਸ ਹੈ ਜਾਂ ਧਾਰਮਿਕ ਨੇ ਜਾਂ ਧਾਰਮਿਕ ਗ੍ਰੰਥ ਨੇ ਸਭਨਾਂ ਦੀ ਲੜਾਈ ਕੋਈ ਹੈ ਅਸੀਂ ਮੌਤ ਨੂੰ ਆਪਣੇ ਜੀਵਨ ਵਿੱਚੋਂ ਦੂਰ ਕਰ ਦਈਏ ਜਦੋਂ ਗੁਰਮਤ ਪੜ੍ਹਦੇ ਹਾਂ ਤੇ ਬਿਲਕੁਲ ਬਿਲਖਣ ਸੋਚ ਰੱਖਦੀ ਹੈ ਗੁਰਮਤ ਆਖਦੀ ਭਲਿਆ ਇਹ ਗੱਲ ਚੇਟੜੀ ਕਿ ਤੇਰਾ ਮੁੱਲ ਹੀ ਮਰ ਕੇ ਪਹਿਣਾ ਹੈ ਤੇਰਾ ਮੁੱਲ ਹੀ ਮਰ ਕੇ ਪਹਿਣਾ ਹੈ ਅਸੀਂ ਕਿਉਂ ਮੌਤ ਤੋਂ ਡਰਦੇ ਆ ਸਾਡੀਆਂ ਨਜ਼ਰਾਂ ਵਿੱਚ ਇਉਂ ਹੈ ਵੀ ਮੌਤ ਨਾਲ ਰਿਸ਼ਤੇ ਟੁੱਟ ਜਾਂਦੇ ਨੇ ਗੁਰੂ ਆਖਦੇ ਨੇ ਕਿ ਮੌਤ ਨਾਲ ਰਿਸ਼ਤੇ ਜੁੜ ਵੀ ਜਾਂਦੇ ਨੇ ਤੈਨੂੰ ਭੁਲੇਖਾ ਹੈ ਮੌਤ ਨਾਲ ਰਿਸ਼ਤੇ ਜੁੜ ਵੀ ਜਾਂਦੇ ਨੇ ਇਹ ਕੋਈ ਗੱਲ ਨਹੀਂ ਗੁਰੂ ਘਰ ਨੇ ਮੌਤ ਨੂੰ ਪਹਿਲਾ ਸਥਾਨ ਦਿੱਤਾ ਹੈ ਜੋਤੋ ਪ੍ਰੇਮ ਖਿllen ਕਾ ਜਾਓ ਛਿਰ ਤਰ ਤਲੀ ਕਲੀ ਮੇਰੀ ਆਓ ਪਹਿਲਾ ਮਰਨ ਕਬੂਲ ਮੇਰੇ ਘਰ ਹੀ ਤਾਂ ਆਈ ਜੀਵਨ ਕੀ ਛਡਾਸ ਹੋ ਸਭਨਾ ਕਿਰਣ ਕਾ ਤੋ ਉਹ ਹਮਾਰੇ ਪਾਸ ਮੇਰੇ ਕੋਲ ਆਈ ਮਰ ਕੇ ਦੂਜੀ ਗੱਲ ਗੁਰੂ ਨਾਲ ਰਿਸ਼ਤਾ ਹੀ ਤਾਂ ਜੁੜਨਾ ਹੈ ਮੁਰਦਾ ਕੋਈ ਮੂਰੀਦ ਨਾ ਗੱਲੀ ਹੋਵਣਾ ਸਾਬਰ ਸਦਕ ਸ਼ਹੀਦ ਬ੍ਰਹਮ ਭੋਗ ਹੋਵਣਾ ਤੇਰੇ ਗੁਰੂ ਨਾਲ ਰਿਸ਼ਤੇ ਤਾਂ ਜੁੜਨੇ ਜੇ ਮੁਰਦਾ ਹੋ ਕੇ ਆਇਆ ਤੀਜੀ ਗੱਲ रब न भी रिश्ता तद ही जुड़ना जो मौत कबूल कर ली कबीर जिस मरने ते जग डर है मेरे मन आनंद मरने ही ते पाई है पूर्ण परम आनंद जे गुरु देर आना है ता मौत जे गुरु न रिश्ता जोड़ना है मौत जे रब न रिश्ता जोड़ना है मौत फर्क सिर्फ इना है ਹਜ਼ੂਰ ਕਹਿੰਦੇ ਵੀ ਸਜਣਾ ਮੌਤ ਮੌਤ ਵਿੱਚ ਅੰਤਰ ਹੈ ਇੱਕ ਮੌਤ ਉਹ ਹੈ ਜਿਹੜੀ ਸਰੀਰ ਦੀ ਹੈ ਸਰੀਰ ਦੀ ਮੌਤ ਨੂੰ ਗੁਰੂ ਨੇ ਕਦੇ ਵੀ ਅਮਰ ਨਹੀਂ ਕਿਹਾ ਜਿੱਥੇ ਸਰੀਰ ਕਮੌਤ ਦਾ ਜ਼ਿਕਰ ਕੀਤਾ ਉੱਥੇ ਬਕਾਇਦਾ ਬਚਨ ਲਿਖੇ ਨੇ ਕੱਪੜ ਰੂਪ ਸੁਹਾਪਣਾ ਛੱਡ ਦੁਨੀਆ ਅੰਦਰ ਜਾ ਬਿਲਕੁਲ ਸਪਸ਼ਟ ਜਿੱਥੇ ਸਰੀਰ ਕਮੌਤ ਦਾ ਜ਼ਿਕਰ ਕੀਤਾ ਉੱਥੇ ਸਪਸ਼ਟ ਗੱਲ ਕਰ ਦਿੱਤੀ ਜੋ ਉਪਜਿਓ ਸੋ ਬਨਸਖੇ ਸਰੀਰ ਕਮੌਤ ਦਾ ਜ਼ਿਕਰ ਜਿੱਥੇ ਕੀਤਾ ਉੱਥੇ ਸਪਸ਼ਟ ਕਰ ਦਿੱਤਾ ਜੇ ਸੌ ਵਰਿਆਂ ਜੀਵਣਾ ਭੀਤਨ ਹੋ ਸਿੱਖੇ ਸੰਕਟੇ ਵਰੇ ਵੀ ਜੂ ਲੈ ਲੰਮੀ ਉਮਰ ਕਰ ਲੈ ਪਰ ਆਖਰ ਇਹਦਾ ਅੰਤ ਜਿਹੜਾ ਹੈ ਅੰਤ ਤਉ ਮਰਨਾ ਮੈਂ ਤੈਨੂੰ ਸਰੀਰ ਨੂੰ ਅਮਰ ਕਰਨ ਦੀ ਵਾਲਾ ਅਮਰਤ ਨਹੀਂ ਦੇਣ ਲੱਗਾ ਮੈਂ ਤੈਨੂੰ ਅਧਿਆਤਮਿਕ ਜੀਵਨ ਜਿਉਣ ਵਾਲਾ ਅਮਰਤ ਦੇਣ ਲੱਗਾ ਮੈਂ ਤੈਨੂੰ ਅੰਦਰੋਂ ਜੀਉਣ ਵਾਲਾ ਅਮਰਤ ਦੇਣ ਲੱਗਾ ਮੈਂ ਤੈਨੂੰ ਰੱਬ ਦੀਆਂ ਨਜ਼ਰਾਂ ਵਿੱਚ ਜਿਉਣ ਵਾਲਾ ਅਮਰਤ ਦੇਣ ਲੱਗਾ ਇੱਕ ਵਾਰ ਮੈਂ ਤੁਹਾਡਾ ਹੋਰ ਲੈਣਾ ਫਿਰ ਆਪਾਂ ਸ਼ਬਦ ਦੀ ਵਿਚਾਰ ਵੱਲ ਤੁਰਨਾ ਗੁਰੂ ਕਿਹੜਾ ਅਮਰਤ ਦਿੰਦੇ ਉਬਖਤ ਆਤ ਲੋਕਾਂ ਨੂੰ ਇਸ ਕੱਲ ਦਾ ਭਲੇਖਾ ਪਹਿ ਜਾਂਦਾ ਜੀ ਬੰਦੇ ਦਾ ਐਕਸੀਡੈਂਟ ਹੋ ਗਿਆ ਉਹਨੂੰ ਤਾਂ ਮਹੀਨਾ ਪਹਿਲਾਂ ਅਮਰ ਸ਼ਕਿਆ ਸੀ ਉਹਨੂੰ ਈਓਂ ਲੱਗਦਾ ਵੀ ਅਮਰ ਸ਼ਕਲੇ ਤੇ ਮੌਤ ਹੀ ਨਹੀਂ ਸੀ ਹੋਣੀ ਸਰੀਰਕ ਅਸੀਂ ਭਲੇਖਾ ਖਾ ਗਏ ਸਰੀਰਕ ਮੌਤ ਦਾ ਜ਼ਿਕਰ ਨਹੀਂ ਹੈ ਸਰੀਰ ਦਾ ਪੰਜ ਪਿਆਰਿਆਂ ਨੇ ਵੀ ਛੱਡੇ ਭਾਈ ਦੇਆ ਸਿੰਘ ਜੀ ਭਾਈ ਧਰਮ ਸਿੰਘ ਜੀ ਸਰੀਰਕ ਤੌਰ ਤੇ ਥੋੜਾ ਸਾਡੇ ਕੋਲ ਮੈਂ ਇੱਕ ਗੱਲ ਹੋਰ ਮੈਨੂੰ ਜਿਆਦਾਗੀ ਮੈਂ ਉਹ ਆਉਣ ਵਾਲੇ ਦਿਨਾਂ ਚ ਵੈਸੇ ਤੁਹਾਡ ਨਾਲ ਸਾਂਝੀ ਕਰਾਂਗਾ ਹੁਣ ਇਸ਼ਾਰਾ ਮਾਤਰੀ ਸਾਂਝ ਪਾਉਣੀ ਹੈ ਜਦੋਂ ਪਤਾਸੇ ਪਾਏ ਜਾਂਦੇ ਨੇ ਨਾ ਉਹਨਾਂ ਦਾ ਵੀ ਇਹੀ ਮਸਲਾ ਸੀ ਉਹ ਆਕੇ ਸਮਝ ਆਇਆ ਸੀ ਭਈ ਦੇਖ ਜਦੋਂ ਪਤਾਸੇ ਪਾਏ ਉਹ ਆਕਾਰ ਤਾਂ ਛੱਡ ਕੇ ਸਰੀਰ ਛੱਡ ਗਏ ਪਰ ਗੁਣ ਆਪਣਾ ਦੇ ਗਏ ਉਹਨਾਂ ਦਾ ਸਰੀਰ ਗਵਾਚ ਗਿਆ ਜਦੋਂ ਪਤਾਸੇ ਖੁੱਲ ਜਾਣ ਤੁਸੀਂ ਉਹਨਾਂ ਨੂੰ ਦੇਖ ਨਹੀਂ ਸਕਦੇ ਪਰ ਉਹਨਾਂ ਦੇ ਗੁਣ ਬਾਕੀ ਮੌਜੂਦ ਵਿੱਚ ਰਹਿ ਗਿਆ ਉਸ ਪਾਣੀ ਵਿੱਚ ਉਸ ਜਲ ਵਿੱਚ ਉਸ ਪਵਿੱਤਰ ਨੀਰ ਵਿੱਚ ਉਹਦੀ ਮਠਾਸ ਬਾਕੀ ਹੈ ਉਹਨੂੰ ਸਰੀਰਕ ਤੌਰ ਤੇ ਨਹੀਂ ਜਿਸ ਤੇ ਪਰ ਉਹਨਾਂ ਦੀ ਮਠਾਸ ਨੂੰ ਤੇ ਮਾਨ ਸਕਦੇ ਹੋ ਨਾ ਪੰਜ ਪਿਆਰੇ ਸਰੀਰਕ ਤੌਰ ਤੇ ਸਾਡੇ ਕੋਲ ਨਹੀਂ ਹੈ ਪਰ ਉਹਨਾਂ ਦੇ ਗੁਣ ਤਾਂ ਜੇ ਸਾਡੇ ਕੋਲ ਮੌਜੂਦ ਨੇ ਨਾ ਉਹਨਾਂ ਗੁਣਾਂ ਨੂੰ ਤਾਂ ਮਾਨ ਸਕਨੇ ਗੁਰੂ ਨੇ ਕਿਰਪਾ ਕੀਤੀ ਪਰ ਸਰੀਰਕ ਤੌਰ ਤੇ ਜਿਉਣ ਵਾਲਾ ਅਮਰਤ ਨਹੀਂ ਮੈਂ ਤੈਨੂੰ ਦੇਣ ਲੱਗਾ ਇਹ ਕੋਈ ਲਿਖ ਹੈ ਇਹ ਆਸਰਾ ਕੇ ਨਾ ਹੀ ਮੇਰੇ ਕੋਲ ਮੈਂ ਤੈਨੂੰ ਅਧਿਆਤਮਿਕ ਜ਼ਿੰਦਗੀ ਜੀਵਨ ਜੀਉਣ ਵਾਲਾ ਅਮਰਤ ਦੇਣ ਲੱਗਾ ਉਹ ਕਿਹੜੀ ਮੌਤ ਹੈ ਉਹ ਮੌਤ ਹੈ ਜਦੋਂ ਕਦੇ ਜੀਵ ਵਿਕਾਰਾਂ ਦੇ ਅਧੀਨ ਮਰ ਜਾਂਦਾ ਹੈ ਇਨ ਪੰਜਨ ਮੇਰੋ ਮਨ ਜੋ ਵਿਕਾਰਿਓ ਪਲ ਪਲ ਹਰਜੀਤੇ ਅੰਤਰ ਪਾਰਿਓ ਇਨਾ ਪੰਜੇ ਵਿਕਾਰਾਂ ਨੇ ਰੱਬ ਤੋਂ ਵਿਛੋੜਾ પાਕੇ ਮੈਨੂੰ ਅੰਦਰੋਂ ਮਾਰ ਦਿੱਤਾ ਅੰਦਰੋਂ ਮੈਂ ਮਰਿਆ ਹੋਇਆ ਹਾਂ ਅਤਿ ਸੁੰਦਰ ਕੁਲੀਨ ਚਤਰਮੁਖ ਗਿਆਨੀ ਤਰਮੰਤ ਮਿਰਤਕ ਕਈ ਅਨੰਨ ਕਾ ਜੇ ਪ੍ਰੀਤ ਨਹੀਂ ਭਗਵੰਤ ਮੈਂ ਉਹ ਮੌਤ ਤੇ ਮਰਿਆ ਹੋਇਆ ਮੌਸ ਮੌਤ ਤੇ ਮਰਿਆ ਹੋਇਆ ਗੁਰੂ ਨੇ ਮੈਨੂੰ ਉਸ ਮੌਤ ਦੇ ਵਿੱਚੋਂ ਜਗਾਇਆ ਬੜਾ ਅਖਸੀ ਜਗਾਉਣਾ ਬੜੀ ਕ੍ਰਾਂਤੀ ਹੈ ਇਹਨਾਂ ਦਿਨਾਂ ਨੂੰ ਕਿਤੇ ਤੁਸੀਂ ਵਿਚਾਰ ਕੇ ਦੇਖੋ ਇੱਕ ਵਿਦਵਾਨ ਦਾ ਬਚਨ ਕਹਿੰਦੀ ਜਿਹੜਾ ਦੇਸ਼ ਇੱਕ ਦਿਨ ਗੁਲਾਮ ਰਹਿ ਜਾਏ ਉਹ ਜਿਵੇਂ ਜਿਵੇਂ ਕਿਸੇ ਕਾਰਨ ਨੂੰ نیند ਆ ਗਈ ਆਜ਼ਾਦੀ ਦਾ ਅਹਿਸਾਸ ਹੋਇਆ ਜਾਗ ਪਿਆ ਪਰ ਉਹ ਕਰੀਬ ਸਾਲ ਪਿੱਛੇ ਪੈ ਗਿਆ ਇੱਕ ਦਿਨ ਦਾ ਸੌਣਾ ਵੀ ਇੱਕ ਦਿਨ ਦੀ ਗੁਲਾਮੀ ਵੀ ਜਿਉਂ ਸਾਲ ਗੁਲਾਮ ਹੋ ਗਿਆ ਫਿਰ ਵੀ ਆਜ਼ਾਦ ਹੋ ਗਿਆ ਤਾਂ ਇਵੇਂ ਹੈ ਜਿਵੇਂ ਉਹ ਕਿਸੇ ਕਾਰਨ ਬਿਮਾਰ ਹੋ ਗਿਆ ਸੀ ਦੇ ਕੋਲ ਤਾਕਤ ਨਹੀਂ ਸੀ ਰਹੀ ਬਲਛਟਕਿਓ ਬੰਧਨ ਪਰੇ ਹੋ ਗਿਆ ਸੀ ਬਲਛਟਕਿਆ ਸੀ ਬੰਧਨ ਪੈਗੇ ਸੀ ਪਰ ਸਾਲ ਬਾਅਦ ਆਜ਼ਾਦ ਹੋ ਗਿਆ ਉਹ ਦੇਸ਼ ਏਵੇਂ ਹੈ ਜਿਵੇਂ 50 ਸਾਲ ਪਿੱਛੇ ਪੈ ਗਿਆ ਹੋਵੇ ਇੱਕ ਸਾਲ ਦੀ ਗੁਲਾਮੀ ਜਿਹੜਾ ਸਦੀਆਂ ਦਾ ਗੁਲਾਮ ਰਿਹਾ ਹੋਵੇ ਤੁਸੀਂ ਸੋਚ ਕੇ ਦੇਖੋ ਉਹਨੇ ਵਿੱਚੋਂ ਤਾਂ ਆਜ਼ਾਦੀ ਦੀ ਸੋਚ ਹੀ ਖਤਮ ਹੋ ਗਈ ਨਾ ਉਹਨੇ ਤਾਂ ਗੁਲਾਮੀ ਨੂੰ ਸਵੀਕਾਰ ਕਰ ਲਿਆ ਉੱਥੇ ਸਦੀਆਂ ਜੁਗਾਂ ਤੱਕ ਗੁਲਾਮ ਹੋ ਗਿਆ ਕਿ ਕੰਨ ਤੱਕ ਗੁਲਾਮ ਹੋਏ ਸਦੀਆਂ ਤੱਕ ਗੁਲਾਮ ਹੋਏ ਭਾਰਤੀ ਲੋਕਾਂ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਜ਼ਾਦੀ ਦੀ ਚਣਕ ਜਗਾਈ ਹੈ ਉਹਨਾਂ ਚ ਜਗਾਇਆ ਆਜ਼ਾਦੀ ਦਾ ਅਹਿਸਾਸ ਇਹ ਕੋ ਛੋਟੀ ਘਟਨਾ ਨਹੀਂ ਸੀ ਬਹੁਤ ਵੱਡੀ ਘਟਨਾ ਸੀ ਨਿੱਕੀ ਨਿੱਕੀ ਗੱਲਾਂ ਦੇ ਫੈਸਲੇ ਕਰੀ ਜਾਂਦੇ ਆਵੇਂ ਤੈਨੂੰ ਅੰਮ੍ਰਿਤ ਦਿਆਂ ਜਿਹਦੇ ਨਾਲ ਤੂੰ ਇਹੋ ਜਿਹਾ ਅਮਰ ਹੋ ਜਾਏਗਾ ਸਰੀਰ ਤੇਰਾ ਆਪੇ ਨਾ ਹੋਵੇ ਪਰ ਇਤਿਹਾਸ ਤੇਰੀਆਂ ਬਾਤਾਂ ਪਾਏਗਾ ਇਤਿਹਾਸ ਤੇ ਤੇ ਸੁਹ ਲੈ ਜਾਏਗਾ ਉਸ ਉਸ ਸਮਰਤ ਦਾ ਜ਼ਿਕਰ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਮੈਂ ਉਹਨਾਂ ਦੇ ਇੱਕ ਸ਼ਬਦ ਸੰਖੇਪ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਛੋਟ ਰਗ ਵਿੱਚ ਸ਼ਬਦ ਹੈ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਜਲ ਨੇ ਤੇਤ ਜਤ ਪਵਿੱਤਰ ਅੰਮ੍ਰਿਤ ਦੇ ਖਜ਼ਾਨੇ ਲਈ ਸੰਸਾਰ ਵਿੱਚ ਅਸੀਂ ਆਏ ਆ ਉਹ ਕਿੱਥੋਂ ਮਿਲਣਾ ਸੋ ਅੰਮ੍ਰਿਤ ਗੁਰ ਪਾਹੀ ਜੀਓ ਪਾਹੀ ਦਾ ਅਰਥ ਹੁੰਦਾ ਕੋਲ ਉਹ ਅੰਮ੍ਰਿਤ ਗੁਰੂ ਕੋਲੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਮੈਨੂੰ ਪਤਾ ਹੈ ਵੀ ਬਹੁਤ ਵਿਰੋਧਤਾ ਹੁੰਦੀ ਹੈ ਸਮਨੋ ਵੀ ਕਰਨਾ ਪੈਂਦਾ ਪਰ ਕਿਤੇ ਕਮੇਟੀਆਂ ਸਟੈਂਡ ਲੈਣ ਕਿਤੇ ਪ੍ਰਬੰਧਕ ਵੀਰ ਸਟੈਂਡ ਲੈਣ ਇਹਨਾਂ ਗੱਲਾਂ ਦਾ ਤੇ ਮੇਰਾ ਖਿਆਲ ਹੈ ਸਿੱਖੀ ਦਾ ਬਹੁਤ ਮੂਹ ਮੰਹੰਦਰਾ ਜਿਹਦਾ ਪ੍ਰਚਾਰ ਕੋਤ ਹੋ ਸਕਦਾ ਆ ਜਿਹੜਾ ਅੰਮ੍ਰਿਤ ਹੈ ਨਾ ਇਹ ਘੜਬੀਆਂ ਚ ਪਾਇਆ ਅੰਮ੍ਰਿਤ ਨਹੀਂ ਹੈ ਇਹ ਘੜਿਆਂ ਚ ਰੱਖਿਆ ਅੰਮ੍ਰਿਤ ਨਹੀਂ ਹੈ ਲੋਕਾਂ ਦੇ ਪੈਰ ਧੋਣ ਵਾਲਾ ਅੰਮ੍ਰਿਤ ਨਹੀਂ ਹੁੰਦਾ ਸੋ ਅੰਮ੍ਰਿਤ ਗੁਰਪਾਹੀ ਜੋ ਕੇਵਨ ਗੁਰੂ ਕੋਲ ਹੈ ਉਹ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਮੇਰਾ ਖਿਆਲ ਹੈ ਵੀ ਅੱਜ ਹਰ ਢੇਰੇ ਦੇ ਉੱਤੇ ਤਰ੍ਹਾਂ ਤਰ੍ਹਾਂ ਦੀ ਅੰਮ੍ਰਿਤ ਵਰਤਾਈ ਜਾ ਰਹੇ ਨੇ ਸਾਡੀਆਂ ਕਮਜ਼ੋਰੀਆਂ ਨੇ ਪ੍ਰਚਾਰਕ ਰੋਟੀ ਦਾ ਗੁਲਾਮ ਹੈ ਇਹ ਪ੍ਰਬੰਧਕ ਵੋਟ ਦਾ ਗੁਲਾਮ ਹੈ ਸੱਚ ਦੋ ਹੀ ਨਹੀਂ ਕਹਿੰਦੇ ਦੋ ਮੈਂ ਸੱਚ ਨਹੀਂ ਕਹਿੰਦੇ ਜਿਸ ਜਲ ਨੇ ਦੇ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਇਹ ਨਹੀਂ ਗੁਰੂ ਕਿਸੇ ਨੂੰ ਖਾਸ ਚੁਣ ਕੇ ਦਿੰਦਾ ਨਹੀਂ ਜਿਹੜਾ ਵੀ ਦੇ ਲਾਇਕ ਹੋ ਜਾਏ ਲਾਇਕ ਕਿਵੇਂ ਹੋਣਾ ਹੈ ਛੋਡੋ यह चीजा छद बेस भेख चतुराई बेस केवल कपड़े पाके ना कह भी मैं धर्म बन गया भेख पखंड करना चतराई चलाकिया करनिया धर्म दुनिया छ बड़ी चलाकिया छोटो बेस भेख चतुराई दुबदा ਸਿੰਦੂ ਕੀ ਪਰਦੁੱਬਦਈ ਬਣੀ ਰਹੀ ਯਕੀਨੀ ਨਾ ਆਇਆ ਭਰੋਸਾ ਹੀ ਨਾ ਆਇਆ ਇਹ ਫੜਨਾਹੀ ਦਿਓ ਫਿਰ ਨਹੀਂ ਮਿਲਣਾ ਹਕੀਕਤ ਕਹਿ ਦਿਆਂ ਮੈਨੂੰ ਮਾਫ ਕਰ ਦਿਓ ਫਿਰ ਤਾਂ ਭਾਵੇਂ ਤੂੰ ਖੰਡੇ ਬਾਟੇ ਦੀ ਪੌਣ ਵੀ ਲੈ ਲੈ ਅੰਮ੍ਰਿਤ ਤੈਨੂੰ ਤਦ ਵੀ ਨਹੀਂ ਮਿਲਣਾ ਜਿਦ ਤੂੰ ਬਦਾ ਮਨ ਵਿੱਚ ਹੈ ਮਨ ਰੇ ਠਹਿਰ ਰਹੁ ਉਮਨਾ ਟਕਾ ਆ ਜਾ ਮਨਸੂਰ ਨੂੰ ਪੜ ਲੈ ਸ਼ੁਕਰਾਤ ਨੂੰ ਪੜ ਲੈ ਹਜ਼ਰਤੀ ਸਾ ਨੂੰ ਪੜ ਲੈ ਹਜ਼ਰਤ ਮੁਹੰਮਦ ਸਾਹਿਬ ਨੂੰ ਪੜ ਲੈ ਮਹਾਤਮਾ ਬੁੱਧ ਨੂੰ ਪੜ ਲੈ ਜਿਹੜੇ ਮਰਜੀ ਵਿਦਵਾਨ ਨੂੰ ਪੜ ਲੈ ਜਿਹੜੇ ਮਰਜੀ ਅਧਿਆਤਮਿਕ ਪੁਰਖ ਨੂੰ ਪੜ ਲੈ ਗੁਰੂਆਂ ਨੂੰ ਪੜ ਲੈ ਭਗਤਾਂ ਨੂੰ ਪੜ ਲੈ ਜੀ ਨੂੰ ਮਰਜੀ ਪੜ ਲੈ ਜੀ ਨੂੰ ਮਰਜੀ ਯਕੀਨ ਕਰ ਲੈ ਉਹ ਉਹੀ ਲੋਕ ਨੇ ਜਿਹਨੇ ਮਨ ਕਰਕੇ ਕਦੇ ਪਟਕੇ ਨਹੀਂ ਮਨ ਰੇ ਠਹਿਰ ਰਹੁ ਟਕਾ ਦਾ ਮਤਲਬ ਇਹ ਨਹੀਂ ਆ ਵੀ ਮੇਰਾ ਮਨ ਫੁਰਨੇ ਬਣਾਉਣੇ ਛੱਡ ਦੇ ਬੇ ਇਹ ਵੀ ਇੱਕ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਬੜੀਆਂ ਖੁੱਡਣ ਵਾਲੀਆਂ ਨੇ ਮਨ ਦਾ ਟਕਾ ਇਹ ਨੂੰ ਨਹੀਂ ਕਹਿੰਦੇ ਵੀ ਮੇਰੇ ਫੁਰਨੇ ਖਤਮ ਹੋ ਗਏ ਨਹੀਂ ਇਹ ਜੋਗੀਆਂ ਵਾਲੀ ਹੈ ਛਾਡੇ ਟਕਾ ਦਾ ਮਤਲਬ ਹੈ ਮਨ ਇੱਕ ਤੇ ਯਕੀਨ ਕਰ ਲਵੇ ਉੱਠੋ ਨਾ ਹਿੱਲੇ ਸਾਰੇ ਲੋਕੀ ਕਹਣ ਵੀ ਰੱਬ ਨਹੀਂ ਹੁੰਦਾ ਪਰ ਮੈਂ ਮੰਨਣਾ ਵੀ ਰੱਬ ਹੁੰਦਾ ਹੈ ਇਹ ਵਾਲਾ ਟਕਾ ਇਹ ਵਾਲਾ ਟਕਾ ਲੋਕ ਕਹਣ ਵੀ ਗੁਰੂ ਗ੍ਰੰਥ ਸਾਹਿਬ ਚੋਂ ਮੈਨੂੰ ਕੁਝ ਨਹੀਂ ਮਿਲਿਆ ਮੈਂ ਕਮਾ ਮੈਨੂੰ ਬਹੁਤ ਕੁਝ ਮਿਲਿਆ ਇਹ ਟਕਾ ਉਹਦੇ ਨਹੀਂ ਵੀ ਮੈਂ ਸੁਣ ਸਮਾਧੀ ਬੈਠ ਜਾ ਮੈਨੂੰ ਕੋਈ ਖਿਆਲ ਹੀ ਨਾ ਆਵੇ ਕਿਉਂ ਨਾ ਆਵੇ ਜਿਉਂਦੇ ਐ ਜਿਉਂਦਿਆਂ ਦੇ ਫੁਰਨੇ ਹੁੰਦੇ ਨੇ ਬੜਾ ਖਿਆਲ ਨਾ ਕਦੇ ਆਵੇ ਉਸ ਦਿਨ ਮਰਨਾ ਜਿਸ ਦਿਨ ਮੈਨੂੰ ਇਹ ਯਕੀਨ ਡੋਲ ਗਿਆ ਕਿ ਰੱਬ ਨਹੀਂ ਹੈ ਕਬੀਰ ਸਾਹਿਬ ਨੂੰ ਕਿੰਨੇ ਤਸੀਹੇ ਦਿੱਤੇ ਨਾਮਦੇਵ ਜੀ ਨੂੰ ਕਿੰਨੇ ਤਸੀਹੇ ਦਿੱਤੇ ਪ੍ਰਹਿਲਾਦ ਨੂੰ ਕਿੰਨੇ ਤਸੀਹੇ ਦਿੱਤੇ ਮਨ ਰੇ ਠਹਿਰ ਰਹੁ ਉਹ ਨਹੀਂ ਡੋਲੇ ਇਹ ਬੜਾ ਮਰਦ ਮਨ ਰੇ ਠਹਿਰ ਰਹੁ ਮਤ ਕਤ ਜਾਹੀ ਜੀ ਬਾਹਰ ਟੁੰਡਤ ਬਹੁਤ ਦੁੱਖ ਪਾਵੇ ਆਏ ਦੁਕਾਂ ਦਾ ਕਰਨ ਬਾਹਰ ਟੁੰਡਤ ਬਾਹਰ ਲੱਭਦਾ ਫਿਰਨਾ ਬਾਹਰ ਲੱਭਦਾ ਫਿਰਨੇ ਛੋਟੀ ਜਿਹੀ ਇੱਕ ਗੱਲ ਕਮਾ ਇੱਕ ਬਜ਼ੁਰਗ ਔਰਤ ਰਹਿੰਦੀ ਸੀ ਕਿਸੇ ਨਗਰ ਵਿੱਚ ਬੜੀ ਦਾਨੀ ਸੀ ਜਿਹੜੇ ਇਹੋ ਜਿਹੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਕਿਸੇ ਰਮਜ਼ ਨਾਲ ਗੱਲ ਸਮਝ ਆਉਂਦੇ ਨੇ ਉਹਨ ਇੱਕ ਰਮ ਜੀ ਸਮਝਾਈ ਸ਼ਾਮ ਨੂੰ ਉਹ ਰਾਤ ਦੇ ਟਾਈਮ ਸਟਰੀਟ ਲਾਈਟ ਲੱਗੀ ਹੋਈ ਹੈ ਤੇ ਉਹਦੇ ਦੁਆਲੇ ਦੁਆਲੇ ਬੜੀ ਇੰਤਿਹਾਨ ਨਾਲ ਫਿਰ ਰਹੀ ਹੈ ਉਹਦੇ ਦੁਆਲੇ ਦੇਖ ਲਈ ਕੁਝ ਲੋਕ ਉੱਥੋਂ ਦੀ ਲੰਘੇ ਉਹ ਕਹਿੰਦੇ ਮਾਂ ਤਾਂ ਕੀ ਲੱਭ ਰਹੀ ਹੈ ਕਹਿੰਦੀ ਪੁੱਤ ਸੋਈ ਕੋ ਵੱਜ ਗਈ ਉਹ ਕਹਿਣ ਲੱਗੇ ਮਾਂ ਕਮਾਲ ਹੈ ਤੂੰ ਸੰਭ ਕੇ ਰੱਖਣੀ ਸੀ ਸੋਈ ਤਾਂ ਨਿੱਕੀ ਜੀ ਚੀਜ਼ ਐ ਬੜੀ ਔਖੀ ਲੱਭਦੀ ਐ ਤੇ ਕੋਈ ਨਾ ਸਿਲਾ ਬਨੇ ਆ ਉਹ ਮਾਂ ਹੁਣ ਕਦੇ ਇੱਧਰ ਜਾਵੇ ਕਦੇ ਤੇ ਜਾਵੇ ਉਹ ਕਿਨ੍ਹੇ ਵੀ ਐਵੇਂ ਥੋੜਾ ਤੋਂ ਕੋਈ ਟਿਕਾਣਾ ਤਾਂ ਹੋਣਾ ਹੀ ਐ ਜਿੱਥੇ ਚ ਹੱਥੋਂ ਡਿਗੀ ਕੋਈ ਥੋੜਾ ਜਿਹਾ ਨਿਸ਼ਚਿਤ ਏਰੀਆ ਦੱਸ ਤੇ ਅਸੀਂ ਉੱਥੇ ਕਿਤੇ ਲੱਭ ਲਈਏ 20 ਫੁੱਟੇ ਦਨੋਂ ਚਲੀ ਜਾਨੀ 50 ਫੁੱਟੇ ਦਨੋਂ ਚਲੀ ਜਾਨੀ ਡਿਗੀ ਕਿੱਥੇ ਸੀ ਉਹ ਕਹਿੰਦੀ ਪੁੱਤ ਇੱਥੇ ਥੋੜਾ ਡਿਗੀ ਡਿਗੀ ਚ ਅੰਦਰ ਸੀ ਘਾਹ ਚ ਡਿਗੀ ਸੀ ਕਹਿੰਦੀ ਸੂਈ ਡਿੱਗੀ ਘਰਚੈ ਲੱਭਦੀ ਤਾਂ ਇੱਥੇ ਫਿਰਨੀ ਐ ਕਹਿੰਦੀ ਮੈਂ ਸੋਚਿਆ ਇੱਥੇ ਚਾਨਣ ਆ ਚਲੋ ਇੱਥੇ ਲੱਭ ਲੈਨੇ ਕੀ ਫਰਕ ਪੈਣ ਲਗਾ ਉਹ ਕਹਿੰਨੇ ਮਾਂ ਚਾਨਣ ਜਾਂ ਨਾ ਚਾਨਣ ਫਰਕ ਨਹੀਂ ਪੈਣਾ ਜਿੱਥੇ ਵਸਤੂ ਡਿੱਗੀ ਐ ਨਾ ਜਿੱਥੇ ਪਈ ਐ ਉੱਥੇ ਲੱਭ ਹੁਣ ਗੁਰੂ ਕੂ ਕੂ ਕੇ ਕਹਿੰਦਾ ਉਹ ਵਸਤੂ ਤਾਂ ਤੇਰੇ ਅੰਦਰ ਪਈ ਐ ਲੱਭਦਾ ਤੂੰ ਦਰੱਖਤਾਂ ਦੀਆਂ ਜੜਾਂ ਚੋਂ ਐ ਲੱਭਦਾ ਕਬਰਾਂ ਨੂੰ ਚਾਦਰਾਂ ਚੜਾ ਕੇ ਕਿੱਡੀ ਸਪਸਟ ਗੱਲ ਐ ਕਿਿੱਡੀ ਸਪਸਟ ਗੱਲ ਐ ਜ ਜਿਹਦਾ ਸਮਾਂ ਜਿਹੜਾ ਉਹ ਨੈਵੀਗੇਸ਼ਨ ਪਾ ਕੇ ਤੁਸੀਂ ਚੱਲਦੇ ਹੋ ਦੁਹਾਈ ਪਾ ਦਿੰਦੀ ਐ ਤੁਹਾਡੀ ਡੈਸਟੀਨੇਸ਼ਨ ਰਾਈਟ ਹੈਂਡ ਲੈਫਟ ਹੈਂਡ ਕਿਤੇ ਨਾ ਕਿਤੇ ਹੈ ਤੇ ਤੁਸੀਂ ਦੇਖੋ ਤੁਸੀਂ ਪਹੁੰਚ ਗਏ ਹੋ ਉਹ ਡੈਸਟੀਨੇਸ਼ਨ ਵੀ ਤੂੰ ਇਹ ਪਾਇਆ ਸੀ ਤੇ ਇੱਥੇ ਹੀ ਐ ਕਿੱਡੀ ਦੇ ਆਦੂ ਉਹ ਤੁਸੀਂ ਫਿਰ ਵੀ ਮਿਸ ਕਰਦੇ ਹੋ ਵਾਪਸ ਮੋੜ ਲਿਆਉਂਦੀ ਕਹਿੰਦੀ ਕਿ ਹੁਣ ਅੱਗੇ ਨੂੰ ਝੂਟਰਨ ਮਾਰ ਕੇ ਆ ਜਾ गुरु किडा दयालू है वापस मोड़ मोड़ के भूले को गुरमार्ग पाया भूले को गुरमार्ग पाया भूले को गुरमार्ग पाया दस बारी मिस कर जा गुरु तेन वापस तेरी डेस्टिनेशन इथे है अंदर देख बाहर ढूंढत बहुत दुख पावे कर अमृत कट माही जियो तेरे अंदर है अमृत किमें है? ਹੁਣ ਅੰਦਰਲਾ ਅਮਰਤ ਕਿਵੇਂ ਮਰਣਾ ਹੈ ਆਏ ਗੱਲਾਂ ਦਾ ਬਸ ਆਪਾਂ ਸੰਖੇਪ ਦੇ ਅਰਥ ਕਰਕੇ ਸਮਾਪਤੀ ਕਰਨੀ ਹੈ ਆਪਕੋਨ ਛੋੜ ਗੁਣਾ ਕੋ ਤਾਵੋ ਆਤ ਬਦਲੀ ਕਰ ਜਿਹੜੇ ਤੂੰ ਅੰਦਰ ਔਗਣ ਬਹੁਤ ਲੁਕੋ ਕੇ ਛਾਂਭ ਕੇ ਰੱਖੇ ਹੋਏ ਨੇ ਤੁਸੀਂ ਕਦੇ ਦੇਖਿਓ ਮੇਰੇ ਪੈਰ ਤੇ ਲੱਤ ਤੇ ਪਾਂਹ ਤੇ ਕਿਤੇ ਵੀ ਛੱਟ ਵੱਜ ਜਾਏ ਇਹਨਾਂ ਨਹੀਂ ਤਰਫਾਂਗੇ ਡਾਕਟਰ ਕੋ ਚਲੇ ਜਾਵਾਂਗੇ ਕੋਈ ਵੱਡੀ ਗੱਲ ਨਹੀਂ ਕੱਟੀ ਵੀ ਜਾਂਦੀ ਕਈ ਵਾਰੀ ਲੱਤ ਪਰ ਇਹਨਾਂ ਨਹੀਂ ਤਰਫਾਂਗੇ ਪਰ ਜੇ ਕਿਤੇ ਹੰਕਾਰ ਤੇ 6:00 ਵੱਜ ਗਈ ਨਾ ਇਹਨਾਂ ਸੰਭਾਲ ਕੇ ਰੱਖਿਆ ਉਹ ਗਣ ਨੂੰ ਹੰਕਾਰ ਤੇ 6:00 ਵੱਜ ਗਈ ਮੈਂ ਪੁੱਤ ਪੋਤਰਿਆਂ ਨੂੰ ਕਹਿ ਕੇ ਜਾਣਾ ਵੀ ਬਦਲਾ ਲਿਓ ਇਹਦੇ ਕੋਲ ਇਹਨੇ ਸੰਭਾਲ ਕੇ ਰੱਖਿਆ ਇਹਨੇ ਓਗਣ ਅਸ ਸ਼ੈਵ ਕਹੇ ਅਭ ਗੁਣ ਛੋੜ ਗੁਣਾ ਕੋਤ ਆਪੋ ਗੁਣਾ ਲਈ ਭਜ ਗੁਣ ਧਾਰਨ ਕਰਨ ਲਈ ਭਜ ਕਰ ਅਭ ਗੁਣ ਪਛਤਾਹੀਂ ਜਿਓ ਆ ਮੋਤ ਹੈ ਔਕੜ ਕਰੇਗਾ ਪਛਟਾਏਗਾ ਕਲ ਸਰ ਅਪਸਰ ਕੀ ਸਾਰ ਨਾ ਜਾਣੇ ਫਿਰ ਫਿਰ ਕੀਚ ਬੁਟਾਈ ਜਿਓ ਕੀਚ ਮਤਲਬ ਚਿਕਨ ਤੂੰ ਚੰਗੇ ਮੰਦੇ ਨੂੰ ਸਮਝ ਨਹੀਂ ਪਉਂਦਾ ਗੁਰੂ ਕੋਲੋਂ ਸਮਝ ਲੈ ਮਨਾ ਤੇ ਫਿਰ ਦੁਬਾਰੀ ਉਹਨਾਂ ਬਿਕਾਰਾਂ ਵਿੱਚ ਹੀ ਗਰ ਕੇ ਆ ਜਾਣਾ ਰੋਜ਼ ਤੇ ਆਡੇ ਕਰ ਕੇ ਆ ਜਾਣਾ ਦੇਖਦਾ ਕਿੰਨੇ ਲੋਕ ਵੇਸਟ ਹੋ ਗਏ ਨਾ ਔਗਣਾ ਦੇ ਕਾਰਨ ਔਗਣਾ ਦੇ ਕਾਰਨ ਹੀ ਵੇਸਟ ਹੋਏ ਨੇ ਨਾ ਫਿਰ ਨਹੀਂ ਹਟਦਾ ਅੰਤਰ ਮੈਲ ਲੋਭ ਪਉ ਝੂਠੇ ਅੰਦਰ ਮੈਲ ਹੈ ਲੋਭ ਹੈ ਝੂਠਾ ਹੈ ਅੰਦਰੋਂ ਬਾਹਰ ਨਾ ਕੋਈ ਜੀਓ ਬਾਹਰ ਕਾਦੇ ਲਈ ਨਹੀਂ ਜਾਣਾ ਮੈਨੂੰ ਨਹੀਂ ਆਸ ਤੁਹਾਡੀ ਜ਼ਿੰਦਗੀ 'ਚ ਕਦੇ ਐਸਾ ਵਕਤ ਆਇਆ ਹੋਵੇ ਜਿਹੜੇ ਕੱਪੜੇ ਧੋਣ ਵਾਲੇ ਨੇ ਸੀ ਵੱਖਰੇ ਰੱਖ ਲੈਨੇ ਪਰ ਜਿਹੜੇ ਤੋਤੇ ਹੋਏ ਨੂੰ ਟਿਕਾਣੇ ਰੱਖ ਲੈਨੇ ਤੋਤਿਆਂ ਨੂੰ ਕਦੇ ਟੋਹਿਆ ਨਹੀਂ ਜਾਂਦਾ ਆਮ ਜ਼ਿੰਦਗੀ ਦੀਆਂ ਉਧਾਰਨਾਵਾਂ ਨੇ ਤੋਤਿਆਂ ਨੂੰ ਧੋਇਆ ਨਹੀਂ ਜਾਂਦਾ ਮੈਲਿਆਂ ਨੂੰ ਧੋਇਆ ਜਾਂਦਾ ਤੇ ਅਸੀਂ ਕਿੱਡੀ ਮੂਰਖਤਾਈ ਕਰਦੇ ਆ ਤੋਤਿਆਂ ਨੂੰ ਧੋਈ ਜਾਂਦੇ ਆ ਜਿਹੜੀ ਅੰਦਰ ਮੈਲ ਲੱਗੀ ਉਹ ਨੂੰ ਨਹੀਂ ਧੋਦੇ ਸਰੀਰ ਸਵੇਰੇ ਵੀ ਇਸ਼ਨਾਨ ਕਰ ਲਿਆ ਘੜੀ ਘੜੀ ਘੱਟ ਧੋਲੇ ਉਹ ਕਰ ਲਿਆ ਇੱਥੇ ਇਸ਼ਨਾਨ ਕਰ ਲਿਆ ਅੰਤਰ ਮਲ ਲੱਗੀ ਨਹੀਂ ਜਾਣਾ ਬਾਹਰੋਂ ਮਲ ਮਰਤੋ ਹੈ ਅੰਤਰ ਮੈਲ ਰੋਪ ਓ ਝੂਟੇ ਬਾਹਰ ਨਾ ਬੋ ਕਾਹੀ ਜਿਓ ਨਿਰਮਲ ਨਾਮ ਜਪੋ ਸਤਿਗੁਰਮਖ ਅੰਤਰ ਕੀ ਗਤਿ ਤਾਹੀ ਜਿਓ ਅੰਦਰ ਪਵਿੱਤਰਤਾ ਹੋਣਾ ਜੇ ਨਿਰਮਲ ਰੱਬ ਦੀ ਧਾਤ ਨੂੰ ਧਾਰਨ ਕਰਾਂਗੇ ਪਰ ਹਰ ਪਰਹਰ ਦਾ ਅਰਥ ਹੁੰਦਾ ਤਿਆਗਣਾ ਪਰ ਹਰ ਲੋਭ ਨਿੰਦਾ ਕੂੜ ਤੇ ਆ ਕੋ ਦੋ ਸ਼ਬਦ ਆਏ ਨੇ ਮੇਰੇ ਕੋਲ ਇਨਾਂ ਵਕਤ ਨਹੀਂ ਹੈ ਨਿੰਦਾ ਕੂੜ ਜਿਹੜੀ ਕਿਸੇ ਦੀ ਝੂਠੀ ਬਣਾ ਕੇ ਗੱਲ ਕਹਿੰਦਾ ਜੇ ਤੂੰ ਸੱਚੀ ਕਹਿੰਦਾ ਫਿਰ ਨਿੰਦਾ ਨਹੀਂ ਹੈ ਨਿੰਦਾ ਕੂੜਤੀ ਆਗੋ ਸਤਿਗੁਰ ਬਚਨੀ ਫਲ ਪਾਹੀ ਜਿਉ ਜਿਉ ਪਾਵੈ ਤਿਉ ਰਾਖੋ ਹਰ ਜਿਉ ਜਨ ਨਾਨਕ ਸ਼ਬਦ ਸਲਾਹੀ ਜਿਉ ਮਾਲਕ ਜੀ ਮੈਂ ਤੇਰੀ ਸ਼ਰਨ ਆਇਆ ਕਿਰਪਾ ਕਰ ਮੈਂ ਤੇਰੀ ਸ਼ਬਦ ਦੀ ਉਪਮਾ ਕਰ ਸਕਾਂ ਮੈਨੂੰ ਇਹੋ ਜਿਹਾ ਜੀਵਨ ਬਖਸ਼ਿਸ਼ ਕਰ ਗੁਰੂ ਕਿਰਪਾ ਕਰੇ ਇਸ ਅੰਦਰle ਵਸਦੇ ਅਮਰਤ ਨਾਲ ਸੀ ਸਾਝ ਪਾ ਲਈਏ ਭੁੱਲਾ ਚੁੱਕਾਂ ਦੀ ਖਿਮਾ ਪਿਆਰ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ